ਹਨਾ, ਤੇ ਇਹਨੇ ਮੇਰੇ ਲੱਤ ਮਾਰੀ ਔਰ ਇਹ ਮੈਨੂੰ ਧੱਕਾ ਮਾਰ ਕੇ ਤੇ ਇਹ ਚਲਾ ਗਿਆ ਬਾਹਰ। ਚਪੇੜਾ ਮਾਰਨਾ ਬੂਥੇ ਲਾਲ ਕਰ ਦੂੰ ਜਿਹੜੀਆਂ ਤੂੰ ਫੋਟੋਆਂ ਪਾਉਣਾ ਵਾ, ਠੀਕ ਹੈ? ਤੈਨੂੰ ਬਿਮਾਰੀ ਕਾਹਦੀ ਆ? ਮੈਂ ਕੁਝ ਨਹੀਂ ਕਰਨਾ, ਨਾ ਮੈਂ ਦੂਜੀ ਕੁੜੀਆਂ ਵਰਗੀ, ਮੈਂ ਸਾਈਬਰ ਕ੍ਰਾਈਮ 'ਚ ਤੇਰੇ 'ਤੇ ਰਿਪੋਰਟ ਦੇ ਦਿੰਦੀ ਹਾਂ, ਠੀਕ ਆ? ਮੈਨੂੰ ਤੇਰਾ ਨਾਮ ਹੀ ਪਤਾ, ਤੇਰਾ ਐਡਰੈਸ ਵੀ ਪਤਾ, ਤੇ ਜਿੱਥੇ ਵੀ ਹੈ ਨਾ, ਤੇ ਚੱਕ ਕੇ ਇੱਦਾਂ ਦੀ ਜੂਥ ਫੇਰੋ ਜਿਹੜਾ ਕਦੀ ਕਿਸੇ ਨੇ ਨਾ ਫੇਰਿਆ ਹੋਵੇ। ਆਪਣੀ ਔਕਾਤ 'ਚ ਰਿਹਾ ਕਰੋ, ਔਕਾਤ ਤੋਂ ਬਾਹਰ ਘੱਟ ਹਿੱਲਿਆ ਕਰੋ। ਦੋਸਤੋ, ਪਿਛਲੇ ਕੁਝ ਸਮਾਂ ਪਹਿਲਾਂ ਜਿੱਥੇ ਅਮਰ ਡਾਹਬ ਤੇ ਸਾਈ ਸੁਰਿੰਦਰ ਸ਼ਾਹ ਬਾਕਰਪੁਰ ਵਾਲਿਆਂ ਦਾ ਮੁੱਦਾ ਕਾਫੀ ਗਰਮ ਹੋਇਆ ਸੀ, ਜਿਸ ਤੋਂ ਬਾਅਦ ਅਮਰ ਡਾਹਬ ਦੇ ਵੱਲੋਂ ਬਾਕਰਪੁਰ ਵਾਲੇ ਸਾਈ ਦੇ ਉੱਤੇ ਕਾਫੀ ਵੱਡੇ ਇਲਜ਼ਾਮ ਵੀ ਲਗਾਏ ਗਏ ਸੀ। ਪਰ ਦੋਸਤੋ, ਹਾਲ ਹੀ ਦੇ ਵਿੱਚ ਅਮਰ ਡਾਹਬ ਦੀਆਂ ਕੁਝ ਫੋਟੋਆਂ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀਆਂ ਨੇ ਤੇ ਇੰਸਟਾਗ੍ਰਾਮ ਪੇਜਾਂ ਵਾਲਿਆਂ ਦੇ ਵੱਲੋਂ ਵੀ ਇਹਨਾਂ ਫੋਟੋਆਂ ਨੂੰ ਕਾਫੀ ਤੇਜ਼ੀ ਦੇ ਨਾਲ ਵਾਇਰਲ ਕੀਤਾ ਜਾ ਰਿਹਾ, ਜਿਸ ਤੋਂ ਬਾਅਦ ਹੁਣ ਲੋਕਾਂ ਦੇ ਵੱਲੋਂ ਅਮਰ ਡਾਹਬ ਨੂੰ ਕਾਫੀ ਸਵਾਲ ਕੀਤੇ ਜਾ ਰਹੇ ਨੇ ਕਿ ਬਾਕਰਪੁਰ ਵਾਲੇ ਸਾਈ ਦੇ ਉੱਤੇ ਇਲਜ਼ਾਮ ਲਗਾਉਣ ਵਾਲੀ ਅਮਰ ਡਾਹਬ ਹੁਣ ਆਪਣੀਆਂ ਵਾਇਰਲ ਹੋ ਰਹੀਆਂ ਫੋਟੋਆਂ ਦੇ ਬਾਰੇ ਕੁਝ ਕਿਉਂ ਨਹੀਂ ਬੋਲਦੀ। ਤੇ ਦੋਸਤੋ, ਹੁਣ ਦੇਖਣਾ ਇਹ ਹੋਵੇਗਾ ਕਿ ਅਮਰ ਡਾਹਬ ਦੇ ਵੱਲੋਂ ਇਹਨਾਂ ਵਾਇਰਲ ਹੋ ਰਹੀਆਂ ਫੋਟੋਆਂ ਦੇ ਬਾਰੇ ਕਦੋਂ ਕੋਈ ਬਿਆਨ ਸਾਹਮਣੇ ਆਉਂਦਾ ਤੇ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਇੱਕ ਵਾਰੀ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਹੁਣ ਤੱਕ ਲਈ ਇੰਨਾ ਹੀ, ਜਲਦੀ ਮਿਲਾਂਗੇ ਕਿਸੇ ਹੋਰ ਅਪਡੇਟ ਦੇ ਨਾਲ। ਤਦ ਤੱਕ ਲਈ ਤੁਸੀਂ ਦੇਖਦੇ ਰਹੋ ਸੁੱਖ ਟੀਵੀ ਤੇ ਨਵੇਂ ਸਰੋਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।